चल फिर पढ़। ਜਾਣ ਸਕੀਨਾ ਤੈਨੂੰ ਸ਼ਾਮ ਪਸੰਦ ਕਿਉਂ ਜ਼ਿੰਦਗੀ ਉਹਨੇ ਜਾਣ ਮਾਸੂਮ ਤੈਨੂੰ ਸ਼ਾਮ ਪਸੰਦ ਮੌਲਾ ਸਿਹਤ ਦੀਵਨੇ ਆ ਦਿਨ ਵਤਾਂ ਪੁੱਜਦੀ ਆਈ ਕਦਮ ਵਤਨ ਵੈਸੇ ਰੋ ਕੇ ਬੈਠਾ ਦੇ ਪੁੱਜਦੀਆਂ ਵੇ ਸ਼ਾਮ ਪਸੰਦ ਕਿਉਂ ਜਣੀ ਮਾਸਗਨ ਦੀ ਖਬਰ ਉੱਤੇ ਤੇ ਅਲੀਆਂ ਮਿੰਦਰੋਂ ਫਰਮਾਇਆ ਸਜਾਣ ਮਾਸੂਮ ਤੈਨੂੰ ਸ਼ਾਮ ਪਸੰਦ ਕਿਉਂ ਸ਼ਾਮ ਪਸੰਦ ਕਿਉਂ ਅੱਛਾ ਇੱਕ ਹੋਰ ਵੇਣ ਪੜ੍ਹਨੇ ਵਾ ਛੁੱਟੀ ਜੀ ਜਣੀ ਮਾਇਜ ਗਰ ਦੀ ਕਬਾਰ ਉਦੈ ਸ਼ਾਮ ਪਸੰਦ ਕਿਉਂ ਇਹ ਕਬਰ ਇਮਾਮੇ ਹੁਸੈਨ ਦੀ ਛਵੀ ਹੈ ਧੀਆਂ ਟੁਰੇਨ ਕਬਰਿਸਤਾਨ ਨੇ ਡਿੱਠੇ ਮਾਵੇਂ ਗਰੀਬ ਹੀ ਹੋਣ ਕਤਵੇ ਲੱਗੇ ਹੋਏ ਨੀਆਂ ਦੇ ਨਾਮ ਲਿਖੇ ਹੋਣ ਮੈਂ ਜਨਾ ਪਹਿਲੀ ਦਫਾ ਸ਼ਾਮ ਗਈ ਅੱਲਾ ਦੀ ਕਸਮ ਏ ਮੈਂ ਡਿੱਠਾ ਯਾਰਾਂ ਪੌੜੀਆਂ ਜਿੱਕੀ ਸਜਾਦ ਬਹਿਣ ਦਫਨਾਈ ਰੋਂਦੇ ਤਾਂ ਜਣੀ ਮਾਇਸ ਘਰ ਦੀ ਕਬਰ ਉੱਤੇ ਅਲੀਆਂ ਬਦਰੋਂ ਫਰਮਾਇਆ ਪੈ
ਵਤਨ ਵੈਦੇ ਨੀ ਸਜਣ ਸਕੀਨਾ ਤੇ ਕੁਸ਼ਾਮ ਪਸੰਦ ਕਿਉਂ ਸਾਹਿਬ ਤੇ ਇਹਨੇ ਮੰਨਿਆ ਹੈ ਯਕੀਨ ਕਰੋ ਤੁਸੀਂ ਤਰੋ ਪਏ ਹੋ ਗੱਲ ਇੱਥੇ ਹੀ ਮੁੱਕ ਗਈ ਹੈ ਜਿਹੜਾ ਬੰਦ ਹੁੰਦਾ ਨਾ ਇਹ ਮਰਸੀਆ ਉਹ ਪੂਰੇ ਮਜ਼ਮੂਨ ਦੀ ਤਰਜਮਾਨੀ ਆ ਮਜ਼ਮੂਨ ਪੜ੍ਹਨਾ ਤਾਂ ਇਜ਼ਾਫੀ ਹੈ ਨਾ ਲੇਕਿਨ ਮੈਂ ਡਿੱਠਾ ਤੁਹਾਡੇ ਹਰ ਚਿਹਰੇ ਤੇ ਤਕਰੀਬਨ ਹਰ ਬੰਦਾ ਨਹੀਂ ਰੋਂਦਾ ਅਫਸੁਰਦਗੀ ਹੈ ਦੁਖੀ ਸਾਰੇ ਬੈਠੇ ਚਾਹੇ ਮੇਰੀਆਂ ਇੱਜ਼ਤ ਵਾਲੀਆਂ ਮਾਵਾਂ ਹਨ ਚਾਹੇ ਮੇਰੀਆਂ ਇੱਜ਼ਤ ਵਾਲੀਆਂ ਵਹਿਣੀਆਂ ਚਾਹੇ ਮੇਰੀਆਂ ਇੱਜ਼ਤ ਵਾਲੀਆਂ ਬੇਟੀਆਂ ਜਿਤਨੇ ਬਜ਼ੁਰਗ ਹਨ ਜਿਤਨੇ ਨੌਜਵਾਨ ਹਨ ਜਿਤਨੇ ਬੱਚੇ ਹਨ ਇਹ ਮਾਹੌਲ ਕਦੀ ਕਦੀ ਆਉਂਦਾ ਚਲੋ ਇੱਕ ਚਲੋ ਲਫ਼ਸ ਬਦਲ ਕੇ ਆਉਂਦਾ ਮੇਰਾ ਦਿਲ ਕਰਦਾ ਜੋ ਮੈਂ ਅੱਖ ਤੁਹਾਡੇ ਮਾਹੌਲ ਤਰੇਵੀ ਸਾਲ ਦਾ ਮੁੰਡਣਾ ਪੌਣੇ ਚਾਰ ਸਾਲ ਦੀ ਬੁੜੜੀ ਬਹਿਣ ਨੂੰ ਪਿਆ ਦਿਹਣੀ ਮਾਇਸ ਘਰ ਦੀ ਕਬਰ ਉੱਤੇ ਅਲੀਆ ਬਦਰੋ ਫਰਮਾਇਆ ਪਏ ਮਦਾਨ ਮਦਨੀ ਸਜਣ ਸਕੀਨਾ ਸ਼ਾਮ ਬਸੰਦ ਕਿਉਂ ਜਣੀ ਮਾਇਆ ਸੰਗਰ ਦੀ ਕਬਰ ਉੱਤੇ ਅਲੀਆਂ ਬੇਦਰੋ ਫਰਮਾਇਆ ਬੈ ਮਦਨ ਵਦਨੀ ਅੱਜ ਸੱਜਣ ਮਾਸੂਮਾਂ ਤੇ ਗੂੰ ਸ਼ਾਮ ਪਸੰਦ ਕਿਉਂ ਅੱਲਾ ਦੇ ਦੀਨ ਪਿੱਛੇ ਨਾ ਸੈਦਾ ਦੀਆਂ ਵੱਡੀਆਂ ਔਖੀਆਂ ਥੀ ਵਿਲਾਇਤ ਪਿੱਛੇ ਨਾ ਜ਼ਿੰਦਾਨ ਦੇ ਦਰਵਾਜ਼ੇ ਤੇ ਨਾ ਪਿਓ ਪੁੱਤਰ ਬਾਂਧੇ ਹਨ ਤੇ ਬਹਿਣ ਨੂੰ ਬੜੀ ਪਿਆਰ ਆਈ ਇਮਾਮ ਸੱਜਾਦ ਨਾਲ ਇਤਨਾ ਪਿਆਰ ਹੈ ਜਿਵੇਂ ਆਲੀ ਹੁਸੈਨ ਨੂੰ ਇਮਾਮ ਹੁਸੈਨ ਨਾਲ ਪਿਆਰ ਆਈ ਨਾ ਉਹਨੇ ਮਾਸੂਮਾਂ ਨੂੰ ਆਪਣੇ ਵੀਰ ਸੱਜਾਦ ਨਾਲ ਪਿਆਰ ਹੈ ਇਹਨਾਂ ਪਾਬੰਦੀਆਂ ਲਾ ਛੋੜੀਆਂ ਕੋਈ ਨਾ ਗੁਜ਼ਰੇ ਕਹਿੰਦੀ ਕੈਦ ਖਾਨੇ ਚ ਮਰ ਵੈਸੇ ਬੱਚੇ ਗੁਜ਼ਰੇ ਨਾ ਘਰ ਵਾਲੇ ਨਾ ਮਾਵਾਂ ਪੁੱਛਣਾ ਤੁਸੀਂ ਕਿਉਂ ਰੋਂਦੇ ਹੋ ਆਖੇ ਨਾ ਸਾਨੂੰ ਨਮਾਜ਼ੀਆਂ ਦੀ ਗੁਰਬਤ ਰੋਆ ਹੈ ਔਰਤਾਂ ਮੈਂ ਆਖਿਰ ਬੱਚਿਆਂ ਨੂੰ ਚਾਹ ਕੇ ਯਕੀਨ ਕਰੋ ਤੁਹਾਡਾ ਮਾਹੌਲ ਹੀ ਅਜੇ ਬਣ ਗਏ ਮੇਰੇ ਆਪ 'ਤੇ ਅਸਰ ਹੋਇਆ ਲੇਕਿਨ ਮੈਂ ਕੋਸ਼ਿਸ਼ ਕਰ ਸਾਂ ਵੀ ਜਿਹੜੀ ਜ਼ਾਕਰੀ ਦਾ ਮੈਂ ਖਾਇਲਾ ਉਹ ਮੈਂ ਪੜ੍ਹਾਂ ਮਾਵਾਂ ਬੱਚਿਆਂ ਕੋ ਖਿਨ ਕੇ ਆਖਣੇ ਨਾ ਇਹ ਮਾਹੌਲ ਕਦੀ ਕਦੀ ਬਣਦੇ ਨੇ ਚਾਚਾ ਜੀ ਮਾਵਾਂ ਬੱਚਿਆਂ ਚਾਹ ਕੇ ਤੇ ਪੁੱਛੇ ਨਾ ਹਮੇਸ਼ਾ ਲੋਕ ਵੱਡੇ ਤੇ ਸਵਾਲ ਕਰਦੇ ਨੇ ਬੱਚੇ ਤੇ ਸਵਾਲ ਕੋਈ ਨਹੀਂ ਕਰਦਾ ਜ਼ਿੰਦਗੀ ਰਹੀ ਤਾਂ ਇਨਸ਼ਾਅੱਲਾ 11 ਜੂਨ ਹੀ ਪੜ੍ਹਨੀ ਹੈ ਦਵਾਰ ਗਦਾ ਹੁਸੈਨ ਦੀ ਬਰਸੀ ਅਤੇ 4 ਜੁਲਾਈ ਭਾਈ ਜ਼ਫਰ ਕੋਲ ਪੜ੍ਹਨੀ ਹੈ ਬੱਚਿਆਂ ਕੋਲ ਨਾ
سوال لین کر دیں بیمار تو کیڑا وطن ہے پوچھ دیا بھرا تو ان جواب بھین دے کے دیے کدائی مدینے وس دے عورتاں کھنا بیمار مسافراں وطن کدے مننے میرا پتر بہ ونج آرام نال بہ جا سدھو کے بہ جا پوچھنا کنے وطن مننے بی بی آکھے سوال میرے متعلقہ نہیں تے میرے ویر تو پوچھو اور تو سوال کر کے آکھے نا بیمار کنے وطن مننے سید آکھے اون ویلے پوچھائے جدا اے نہ کھڑی ہوے ایکروں تائیں عورتاں آ کے پوچھا مسافر بہن کدے گئی میرے امام فرمائیں میں کیوں سوال تسلی نال کروں کوئی نہیں آمنا بیمار ہے سیدہ دو تو ساری ہیں یہ عورتاں ایک بئی دے رخ کر کے دیے وطن لگی گئی اسی امام فرمائیں اس تو وڈیاں پردہ نار اتھائیں مسافر تے بھین کنے سیدہ دو تو پچھلے جمعے مر گئی ہے پر رومن واسطے سکرا بسم اللہ وہ تو پچھلے جمعے میں مر گئی ہے مسافر کوئی مرے منا دی ندا دینن تھوڑی بھین دنیا تو تھوڑی اسا تو نہیں سنیا میرے امام فرمیندن گھر منجائے وارثاں تو پوچھائے تیرے رومن واسطے بہو وڈا لفظ ہے گھر منجائے وارثاں تو پوچھائے جدا جمعہ پڑھ کے ولے کوئی مسافر ہتھاں تے گنڈڑی چاہی ودا سیدہ دایو گنڈڑی لائی میں بھین دفناون پیا کہندی یہ عورتاں گھر والے نا دیوارا نال متھے لا بانی ہیں وارث پچھنا تسا کیوں نہیں آکھے نا بے یا زمانے دے تسا دے باغی ہیں باغی نہیں ہیں اتنا نمازی ہیں رومن والے مومنوں اس الہلان والا عذاب اس کمینے نے پیغام دیتا بیٹیاں تے بیٹھ کے رومن والے لوگوں اراکین سلطنت اسٹیبلشمنٹ ساری جڑی آئی دمشق دی شام دی جدید کمینے دی حکومت ہے 3 سال 7 مہینے 22 یا 23 دی اور یہ حکومت اگر پڑھ کے دیکھو نا دی تو قتل امام حسین دے بعد دی حکومت شورشاں تذبذب جھگڑے بغاوتاں شروع تھی گئیں قتل شبیر کھا گیا تو بی بی دی قید لوگوں نے ضمیر جاگ گئے کلمہ نبی دا شریعت نبی دی دین نبی دا تے کٹھے نبی دے پتر تے رولین نبی دی اندھیاں نبی نو کے منہ وی کھسو کوئی یزید ملون نو رسول خواہ وچ نہیں ملے رسول نو دھیاں تے اعتماد آئی عدم اعتماد نائی ات چبیٹھی چوباراں بچیاں سادات وغیرہ سادات یزید کمینے نو اپنی حکومت دی پائیں گئی اس کمینے آکے کیا کراں کیا حالات دمشق دے اراکین سلطنت آکے جتنا جلدی ہو سکدے انہاں دی قیداں چھوڑ دے جتنا جلدی سپاہیاں نو سداس انہاں دیاں قیداں چھوڑ لیو سپاہیاں آکھے تو آدھے وطن لگی ہوئے سن سوکھا وطن کوئی نہیں منجنا ہن تے چبیٹھی چوباراں بچ گئی ان استقلال اتنے جو نہ سوکھا وطن نہیں منجنا ہن کیا کراں مروان بن حکم ارامی آکھے بے شمار لعنت اس اگر چاہنے جو میری حکومت بچ ونجے تو پھر جتنا جلدی ہو سکدا ہی وطن نہ ونجے تو پھر نبی دیاں دھیاں نو قتل کرا دے تے لوگوں نو زندان وی کھائیں
ਤੇ ਆਖਣ ਕਿੱਥੇ ਹਨ ਮੁਹੰਮਦ ਦੀਆਂ ਧੀਆਂ ਕੈਦ। ਗੈਰਤਮੰਦੋ, ਹਾਲਾਤ ਅਕਸਰ ਬਦਲ ਗਏ ਹਨ, ਰਿਆਸਤਾਂ ਚ ਝਗੜੇ ਬਗਾਵਤਾਂ ਸ਼ਾਮ ਪਈ ਹੁੰਦੀ ਹੈ, ਵਹਿਣ ਕਰਕੇ ਰੋਵਣ ਵਾਲੇ ਲੋਕੋ ਯਜ਼ੀਦ ਮਲਾਉਣ ਨੇ ਦੂ ਸਿਪਾਹੀ ਭੇਜੇ, ਵੰਜੋ ਬਿਮਾਰ ਨੂੰ ਸਾਡਾ ਸਿਪਾਹੀ ਆਏ, ਮੇਰੇ ਇਮਾਮ ਦੀਆਂ ਕੜੀਆਂ ਹਲਾਈਆਂ। ਗੈਰਤਮੰਦੋ, ਕੜੀ ਨਾਲ ਜੋ ਕੜੀ ਲੱਗੀ ਤੇ ਕੁੰਜ ਪਹਾੜੇ ਨਬੂਤ ਦੀਆਂ ਤੜੇ ਪਈਆਂ, ਕੁੰਜ ਪਹਾੜੇ ਨਬੂਤ ਦੀਆਂ ਗੈਰਤਮੰਦੋ ਤੜਫੀਆਂ ਨਾ ਤੇ ਰੁਨੀਆਂ ਪਰਦਾਦਾਰ। ਮੇਰੇ ਇਮਾਮ ਸਰ ਚਾ ਕਹਿੰਦੇ ਜ਼ਾਲਿਮਾ ਤੈਨੂੰ ਹਯਾ ਨਹੀਂ ਆਂਦਾ, ਮੇਰੇ ਜ਼ਰੂਰੀ ਜ਼ੰਜੀਰ ਲਾਮਣਿਆ ਨਹੀਂ, ਮੇਰੇ ਪਰਦਾਦਾਰ ਜਾਗ ਗਏ, ਮੇਰੇ ਪਰਦਾਦਾਰ ਆਰਾਮ ਕਰੇਂਦੇ ਹੋਏ ਤੁਸਾਂ ਜਗਾਏ। ਅਦ ਸਜਾਦ ਬਾਦਸ਼ਾਹ ਦਾ ਮੈਂ ਨਾ ਖੜਾ ਚੈਨ ਉਹਨਾਂ ਨਾ ਨਹੀਂ ਚਾਹੇ, ਕਹਿੰਦੀ ਤੇਰਾ ਨਾਮ ਨਹੀਂ ਆਂਦਾ। ਮੇਰੇ ਇਮਾਮ ਫਰਮਾਉਂਦੇ ਜ਼ਾਲਿਮਾ ਮੇਰਾ ਕੋਈ ਇੱਕ ਨਾਮ ਹੈ, ਮੈਂ ਜਦੋਂ ਦਾ ਤੁਹਾਨੂੰ ਸ਼ਾਇਰ ਚਾਹਿਆ ਮੇਰੇ ਢੇਰ ਨਾਮ ਹਨ, ਕੋਈ ਮੈਨੂੰ ਸੜੇਂਦਾ ਕਹਿੰਦੀ, ਕੋਈ ਸੜੇਂਦਾ ਮੈਨੂੰ ਅੱਲਾ ਰਾਸੀ, ਕੋਈ ਸੜੇਂਦਾ ਮੈਨੂੰ ਮੁਸਾਫਿਰ, ਕੋਈ ਸੜੇਂਦਾ ਮੈਨੂੰ ਮੁਹਾਰੀ। ਮਕਸਦ ਦੀ ਬਾਤ ਕਰੋ ਕਿਉਂ ਸਡਾਵੇ, ਕਹਿਦੀ ਉੱਠੀ ਪੇਸ਼ੀ ਤੇ ਵੰਡਣਾ। ਮੇਰੇ ਇਮਾਮ ਆਦਨ ਤੁਸਾਂ ਟੁਰੋ ਮੈਂ ਆਂਦਾ ਪੀ, ਮੇਰੇ ਇਮਾਮ ਇਤਨਾ ਝੁੱਕੇ ਮਜਬੂਰੀ ਆਈ ਜੋ ਜ਼ੇਵਰ ਹਿੱਕ ਆਈ ਤੇ ਗੱਲ ਡੂਮਨ ਆਲੀਆਂ ਨੇ ਬੁਰਾਲਾ ਸ਼ਾਂ ਕੋਟ ਦੂਰ ਦੂਰ ਤੂੰ ਕੁਰਬ ਜਵਾਰ ਤੋਂ ਆਏ ਸਾਦਾਤ ਮੋਮਿਨ ਸੱਚ ਜੀ ਇਤਨਾ ਝੁੱਕਾ ਪੁੱਤਰ ਦੇ ਚਿਹਰੇ ਦੇ ਕਰੀਬ ਚਿਹਰਾ ਆਇਆ ਗੁਲਾਬੀ ਇਤਰ ਦੇ ਕਤਲੇ ਡੱਠੇ ਬਾਖਿਰ ਬਾਦਸ਼ਾਹ ਦੀਆਂ ਅੱਖਾਂ ਖੁੱਲੀਆਂ ਪਿਓ ਦੇ ਗੱਲ ਚ ਬਾਈ ਪਾ ਕੇ ਆਦਾ ਬਾਬਾ ਅੱਧੀ ਰਾਤ ਲੈ ਭੈਣ ਦਾ ਕਫਨ ਯਾਦ ਆਏ ਜ਼ਿੰਦਗੀ ਬਿਸਮਲਾ ਕਰ ਪੁੱਤਰ ਦੀ ਜ਼ਿੰਦਗੀ ਆ ਵੀ ਜੀ ਬਿਸਮਲਾ ਕਰਾਂ। ਕਹਿੰਦੀ ਬਾਬਾ ਉਹ ਮੇਰਾ ਗਰੀਬ ਬਾਬਾ ਬਹਿਣ ਦੀਆਂ ਰੱਸੀਆਂ ਯਾਦ ਆਈ ਨਹੀਂ ਤੇ ਬਾਬਾ ਕਿਉਂ ਰੋਂਦੇ ਹੋ? ਪਰ ਮੈਂ ਮਾਂ ਕੇ ਪੇਸ਼ੀ ਦਾ ਵੇਲਾ ਹੈ ਬਾਬਾ ਅੱਧੀ ਰਾਤ ਲੈ ਪੇਸ਼ੀ ਬਾਬਾ ਹਰ ਕਹਿੰਦੀਆਂ ਪੇਸ਼ੀਆਂ ਤਦੀ ਨੂੰ ਆਉਂਦੀਆਂ ਤੇ ਸਾਰੀਆਂ ਦਰਾਤ ਨੂੰ ਪੇਸ਼ੀ ਕਿਉਂ ਆ? ਫਰਮਾਇਆ ਦੀ ਨੂੰ ਪੇਸ਼ੀਆਂ ਉਹਨਾਂ ਦੀਆਂ ਆਉਂਦੀਆਂ ਜਿਨ੍ਹਾਂ ਦਾ ਕੋਈ ਬਚ ਗਿਆ ਹੋਵੇ, ਜਿਨ੍ਹਾਂ ਦਾ ਕੋਈ ਵਾਰਿਸ ਰਹਿ ਗਿਆ ਹੋਵੇ। ਅਸਾਂ ਤਾਂ ਉਹ ਹੈ ਜਿਨ੍ਹਾਂ ਦਾ ਵਾਰਿਸ ਕੋਈ ਨਹੀਂ। ਅਗਰ ਕੋਈ ਵਾਰਿਸ ਹੋਵੇ ਆ ਤੇ ਫੁੱਫੀਆਂ ਬਾਜ਼ਾਰਾਂ ਬਗੈਰ ਚਾਦਰਾਂ ਦੇ ਕਿਉਂ ਆਵੇਨ? ਬਾਬਾ ਕਿਹਨੇ ਪੇਸ਼ੀ ਤੇ ਉੱਠੇ ਪਿਓ ਪੁੱਤਰ ਦਾ ਟੁਰਨਾ ਆਈ ਨਹੀਂ ਅਲੀ ਦੀ ਤੜਪ ਗਈ। ਅੰਮਾ ਫਿਜ਼ਾ ਮੇਰੇ ਸੱਜਾਦ ਨੂੰ ਆਖ ਅੱਜ ਕੱਲਿਆਂ ਕੱਲਿਆਂ ਕਿਹੜੇ ਪਵਾਂਦੇ ਆਵਾਜ਼ ਆਈ ਅੰਮਾ ਦਰਬਾਰ ਪਵਾਂਦੇ ਆ ਯਜ਼ੀਦ ਸੱਜਣਾ ਬੇਸ਼ੁਮਾਰ ਲਾਨਤ ਬੀਬੀਆਂ ਦੀਆਂ ਸੱਜਾਦ ਮੈਂ ਕੱਲਿਆਂ ਨਾ ਵੰਜਣ ਸਾਂ, ਮੈਂ ਨਾਲ ਵੈਸਾਂ ਮੈਂ ਡਰੀ ਹੋਈ ਹਾਂ, ਅੰਮਾ ਯਜ਼ੀਦ ਮੇਰਾ ਕਾਤਿਲ ਨਹੀਂ। ਰੋਵਣ ਵਾਲੇ ਮੋਮਨੋ ਟੁਰ ਪੀਏ ਗੈਰਤਮੰਦੋ ਸੱਜਾਦ ਟੁਰਦੇ ਆਏ ਪਿਓ ਪੁੱਤਰ ਆਖਣ ਜਿਹਨੇ ਲੋਕ ਸ਼ਾਮ ਡਿੱਠੀਏ ਮਦਦ ਕਰਿਆ ਥੋੜਾ ਹੱਥ ਖੜਾ ਕਰੋ ਜਿਹੜੇ ਸ਼ਾਮ ਗਏ ਹੋ ਸ਼ਾਮ। ਮੌਲਾ ਕਬੂਲ ਫਰਮਾਇਆ, ਮੌਲਾ ਤੁਸਾਂ ਸਾਰਿਆਂ ਨੂੰ ਬੁਲਾਇਆ ਆਮੀਨ ਅਖਾ। ਇਹ ਇੱਥੇ ਤਖ਼ਤ ਉੱਚੀ ਜਗ੍ਹਾ ਤੇ ਕਮੀ ਨਾ ਬੈਠਾ ਹੋਇਆ, ਹੁਣ ਕੈਫੀਅਤ ਤਾਂ ਤੈਨੂੰ ਪਤਾ ਪਿਓ ਪੁੱਤਰ ਕਿਵੇਂ ਟੁਰਦੇ ਹੈ ਤੇ ਪਿਓ ਪੁੱਤਰ ਆਖਣੇ ਜਿੱਥਾ ਅੱਜ ਹੀ ਉਹ ਸੰਗੇ ਮਰਮਰ ਲੱਗਾ ਹੋਇਆ ਇਸ ਪਾਸੇ ਯਾਹੀਆ ਨਬੀ ਦੀ ਕਬਰ ਹੈ। ਗੈਰਤਮੰਦੋ ਪਿਓ ਪੁੱਤਰ ਇੱਥੋਂ ਟੁਰਦੇ 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 ਤਖ਼ ਦੇ ਸਾਹਮਣੇ ਇਹਦਾ ਤਖ਼ ਦਰ ਮੂੰਹ ਕੀਤਾ, ਇਹ ਕਮੀਨਾ ਇਸ ਤੇ ਰਜ਼ਾਮੰਦ ਨਾ ਹੀ ਜਿਵੇਂ ਸੱਜਾਦ ਦੇ ਪੁੱਤਰ ਦੀਆਂ
تے سجاد دی قیداں چھوڑنا چاچا جی وجہ اے آئی کوشش کرن تے کسے طریقے میں مطمئن کراں سیاست پی کھیڈدا آئی اے وطن چلے ونجن لیکن سامنے حجت خدا نوکروں نے آخیا جلدی کرا کرسی لے آؤ اے تھک پی ہو سی جنا کرسی کا نا ہے تیرے امام دی رات زیادہ ودی تے رو کے ادن کچھ شرم کرو ہی نجس جگہ تے میں کو کرسیاں دے دے او کیڑیاں جتھے کئی گھنٹے پابند تھی کے میریاں پھپھیاں کھڑیاں رہیاں تے سید آدھا ہے ہاتھ جوڑ کے میں کوہائی بھین آدھی سجاد میں مو تھک پیاں تے میں نو بھین کے آدھی آئی میں کو گھوڑیاں نال بھجین دے رہے میریاں تلیاں زخمی تھائیاں رومن والے مومنوں پیو پتر کھان کے یہ منظر ڈٹھا لفظ اکھیں تو سب پہلے بڑی قیمت دے چھوڑی اے ستر تے قیمت لینا چاہنا بیمار دردے کیا دا سجاد جنگ شہزادیاں دی شگل ہون دیئے سجاد تینو سنوائے میں نو معمولی جی غلطی معاف کر دے ہر بندے دی ہائے نکل گئی شالہ دھیاں دے پردے سلامت ہونی سیدہ دے ظالمہ برکا معمولی آئی تیرے شہر جور لیے جدی ماں دا جنازہ ادھرات لے اٹھے بسم اللہ کر جوانی مارا جوانی مارا میرے پیو دا قتل سوکھائی سجاد اٹھی من وطن چل من کیڑا وطن مدینہ ظالم ہو تو میرے نہنے دے نجف او دادے دیے کربلا او بابے دیے تے تیرا کیڑا وطن ہے میرے امام آدم میرا وہ وطن ہے جتھا راشد ہے روئے تے ٹرن دران لبھے سجاد تیری ماں دے خطبے میری حکومت ختم کر گئے تہاڈا اجڑنا میری حکومت ختم کر گیا سجاد جتنا جلدی ہو سکتا ہی متن ٹر بن سیدہ دا نہ منیا پھر کے کرے سے میں قتل کرا دے سا میرے امام ادن کلا ویکھ کے غرور پہ کر دیں تے ظالم آئے فیصلہ میرا نہیں اے فیصلہ میری ماں دا ہے اگر اماں آکھے تو میں وطن ویسا ورنہ امام ادن سانا تیری شام نال مزاج ہی ہن رلے انتظار دیا گھڑیاں ختم کراواں غیرت مندوں چونکہ حکم آئی بابا آن شاہ جی دا اور بابا عامر آباد شاہ جی دا کہ ساڈے آندے تک تے پڑھنا تے جتنی دیر تک وہ نہ آندے میں پڑھدا رہنا وا تے ہن نہ آ کے تے میرے بعد پڑھنا چونکہ شام ہی ہو گئی ہے تے اے پردہ دار بھی ہیں لیکن بی بی تو سب مطمئن ہو کے بہت جدا تو سب گھر وننا بھرا نال وسے پیو تے وارس نال وسن جن دی غربت میں کھڑا پڑدا خیمیاں دے سامنے لاشاں میں کفن پئی ہے تو سب جگ جگ جی ہو ماں حسین دی تری مسئلہ نو کسے دا محتاج نہ بنائے بسم اللہ کراں میرے امام ٹر دے آئے مال پاس قدم ودھائے نے ہن سترہ بالکل قریب تو بین کرن والا
انہیں تو سید سردار آ جاؤ بابا جی آؤ میں تھوڑے انتظار کھڑ رہی ہیں سید وڈے ہوں سید سردار ہوں میں خوشامت نہ کھڑا تھا تو بھرا دی انتظار انہیں عمر چ میرے تو چھوٹا ہے او آوجن تو میں وت میں شروع کرے سا اللہ انہوں نے بابے دے درجات بلند کرے اللہ میرے بزرگاں درجات بلند کرے آؤ بسم اللہ ایک وین بابا جی تو سب پہنچ سو تو میں وت وین کرے سا راضی رامنا بسم اللہ بابا میرے پاس چلی آ گئے شروع کریے میں سیدہ دعا کر سو میرے امام ماں کو ادن ماں یری پیادہ قائدہ چڑینا تڑپ کے اٹھی آدھی میں کوئی اوندی کنیڑا ہاتھ کھولے سو بی بی دنا غیرت مندوں میں بزرگاں دے کلام پڑھی رکھنا مدیاں دے بہ کے رون والے لوگوں جڑے ویلے تک دے سامنے ٹر کے آون والا ماں نوں آکھس اماں میں ویکھ رہی ہاں علم امامت نال تو ہن زندان وچ قید کوئی نہیں وے میرے مطالبے نما بول کیڑا مطالبہ بیویا دیے پہلا مطالبہ اپنی جیت لکھے تیرے بابے دی جیت لکھے اپنی شکست لکھے ترائے ماما لوویں البشیر مہاری ہوے اما غیر مارم دا نا جائی بیویا دیے مینو دے سال نہیں بھولے جد میں شام آئی شرابی نچنے آئے پانی ودا مرے منہ بہ پاجا کر گیا دا وطن تے مر گئی آویں تو شرابی دے شہر نہیں آیا تیری ماں دے جنازا دھرا تے لے مرحبا اس ویلے تارے اتنا رونا بعد قسم میں آپ پڑھنا بلا آپ ہی پڑھنا میرے پیو دا پتر ہے ممبر دی قسم ہے جڑے ویلے سجاد بادشاہ بی بی دے سامنے کھڑا ہے بی بی آنی سجاد آخری مہینے آج دے بعد کوئی کمی نہ کہے سید تو بیعت نہ منگے ماتم جہدے سینے تے ہاتھ مار کے آنکھ ہائے آلیا بسم اللہ کرام غینت مندوں بی بی آدھی عورت مجرے موسی کڑائی کڑیاں نہ پیسی آن بھرا جاندن سید مریض سین شاد ہوتل بابا جی میں آپ پکھی نال اے مظلوم دی سواری تے ہاتھ رکھ کے جو میں منظر ڈٹھائی میں رکیاں پولیس موجود ہے اسے میں تے منبر چھوڑنے اللہ جانے کون ہے جندی آئے نہ نکل سی کون ہے جڑا ماتم نہ کرے سی کون ہے جندا گلیاں نہ سی بی بیاں میں رکیاں جوانوں میں رکیاں پولیس موجود آئی میں کہ شاہ جی خیر تیاد ہے عورت مجرم آئی ہائی کوٹ چولی ویندی ہے میں آنکھا دکھا جد آیا اور شرام دی بیٹھی آئی لیڈی پولیس پوانی میں پوچھا شاہ جی دا کیڑا جور میں آدھا ترے قتل کی دیس میں آنکھا حد دلاد کیوں ہے نا دے عورت مجرم آوے کڑیاں نہیں پہنی میں حد نہ پیائے میں آنکھا
ਕਿਹਾ ਤੁਰ ਚਲੀਏ ਕਤਲ ਕਰਕੇ ਕੜੀਆਂ ਨਹੀਂ ਪਾਇਆ ਕਿਹੜਾ ਜੁਰਮਾ ਫਿਰਾਈ ਨੋ ਮਾਰ ਆਦਿ ਹੱਥ ਖੋਲੋ ਮੈਂ ਫਿਰਾ ਨੂੰ ਦਫ਼ਨ ਕਰਨਾ ਆਦਿ ਮੈਂ ਹੱਥ ਰੋਜ ਗਏ ਇਨਾ ਲਿਲਾਹ ਵਾ ਇਨਾ ਇਲੈਹਿ ਰਾਜਿਊਨ।